ਕਿ ਤੁਸੀਂ ਦੇਖਿਆ ਹੈ ਸ਼ੁੱਧ ਸ਼ਾਕਾਹਾਰੀ ਪਿੰਡ ਹਰੇਕ ਧਰਮ ਦੇ ਰਹਿੰਦੇ ਆ ਪਿਆਰ ਮੁਹੱਬਤ ਨਾਲ ਰਹਿੰਦੇ ਆ ਪਰ ਕਿਸੇ ਦਾ ਵੀ ਅੱਜ ਤੱਕ ਇਹ ਕਰਨੀ ਹੋਈ ਵੀ ਕਿਸੇ ਨੇ ਮੀਟ ਲੈ ਕੇ ਬਣਾ ਲਿਆ ਜਾਂ ਕਿਸੇ ਨੇ ਖਾਧਾ ਨਾ ਚੱਲੇ ਮੀਟ ਮੁਰਗਾ ਤੇ ਨਾ ਹੀ ਸ਼ਰਾਬ ਜਿੱਦਾਂ ਸਾਨੂੰ ਸਾਡੇ ਬਜ਼ੁਰਗਾਂ ਨੇ ਦੱਸਿਆ ਉਹਨਾਂ ਦੇ ਰੂਲ ਦੇ ਉੱਤੇ ਚੱਲਦੇ ਉਹਨਾਂ ਨੇ ਇਹ ਪਹਿਲਾਂ ਪਰਵਚਨ ਕੀਤੇ ਹੋਏ ਸੀਗੇ ਵੀ ਕੋਈ ਸ਼ਿਕਾਰ ਨਹੀਂ ਕਰਨਾ ਕੋਈ ਨਸ਼ੇ ਨਹੀਂ ਕਰਨੇ ਕਿਸੇ ਜਾਨਵਰ ਦਾ ਮੀਟ ਨਹੀਂ ਖਾਣਾ ਜਣੋ ਕਿਉਂ ਸਦੀਆਂ ਤੋਂ ਚੱਲ ਰਹੀ ਹੈ ਸ਼ਾਕਾਹਾਰੀ ਰੀਤ ਬਜ਼ੁਰਗ ਸਾਡੇ ਆਪਣੇ ਬਜ਼ੁਰਗਾਂ ਤੋਂ ਸਿੱਖ ਕੇ ਚੱਲਦੇ ਰਹੇ ਅਸੀਂ ਹੁਣਾਂ ਤੋਂ ਚੱਲਦੇ ਆ ਹੁਣ ਅਸੀਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਆ ਸਾਡੇ ਪੰਟੀ ਦੀ న్యూਸ 18 ਪੰਜਾਬ ਤੇ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਉਸ ਪਿੰਡ ਦੀ ਜਿਹੜਾ ਕਿ ਨਸ਼ਾ ਰਹਿਤ ਪਿੰਡ ਅਤੇ ਇਸ ਪਿੰਡ ਦੇ ਵਿੱਚ ਇੱਕ ਹੋਰ ਵੱਡੀ ਖਾਸੀਅਤ ਹੈ ਕਿ ਇਸ ਪਿੰਡ ਦੇ ਵਿੱਚ ਮੀਟ ਮਾਸ ਦਾ ਸੇਵਨ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਇਸ ਪਿੰਡ ਦੇ ਵਿੱਚ ਕੋਈ ਸ਼ਿਕਾਰ ਕੀਤਾ ਜਾਂਦਾ ਹੈ। ਉੱਥੇ ਅਸੀਂ ਪਹੁੰਚੇ ਹਾਂ ਇਹ ਪਿੰਡ ਹੈ ਜ਼ਿਲ੍ਹਾ ਹੁਸ਼ਿਆਰ ਪਤ ਤਹਿਸੀਲ ਗੜਸ਼ੰਕਰ ਦਾ ਪਿੰਡ ਦਦਿਆਲ ਇਸ ਪਿੰਡ ਦੇ ਵਿੱਚ ਜਿਹੜਾ ਕਿ ਲੋਕ ਨਸ਼ੇ ਤੋਂ ਰਹਿਤ ਹੈ ਤੇ ਮੀਟ ਮਾਸ ਦਾ ਸੇਵਨ ਨਹੀਂ ਕਰਦੇ ਸਾਡੇ ਨਾਲ ਪਿੰਡ ਵਾਸੀ ਮੌਜੂਦ ਹੈ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਗਲੇ ਕੀ ਕਹੋਗੇ ਇਸ ਪਿੰਡ ਬਾਰੇ ਜਿਹੜੀ ਆਸਥਾ ਬਾਰੇ ਦੱਸੀ ਜਾ ਰਹੀ ਹੈ ਬਾਬਾ ਹਸਨ ਦਾਸ ਜੀ ਦਾ ਡੇਰਾ ਹੈ ਇਹਦੇ ਬਾਰੇ ਸਾਨੂੰ ਦੱਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਪਿੰਡ ਦਦਿਆਲ ਤੁਸੀਂ ਰਗੜ ਸੰਗ ਚਲਾ ਹਿਸ਼ਾਰਪੁਰ ਦੇ ਵਿੱਚ ਆ ਇੱਥੇ ਕੋਈ ਵੀ ਬਾਬੇ ਹਸਨ ਦਾਸ ਦੀ ਜਗ੍ਹਾ ਹੈ ਕੋਈ ਵੀ ਸ਼ਿਕਾਰ ਨਹੀਂ ਖੇੜ ਸਕਦਾ ਕੋਈ ਮੀਟ ਨਹੀਂ ਖਾ ਸਕਦਾ ਸਾਡੇ ਪਿੰਡ ਦੇ ਵਿੱਚ ਸਾਰੇ ਬੰਦੇ ਹਰੇਕ ਧਰਮ ਦੇ ਰਹਿੰਦੇ ਆ ਪਿਆਰ ਮੁਹੱਬਤ ਨਾਲ ਰਹਿੰਦੇ ਆ ਪਰ ਕਿਸੇ ਦਾ ਵੀ ਅੱਜ ਤੱਕ ਇਹ ਗੱਲ ਨਹੀਂ ਹੋਈ ਵੀ ਕਿਸੇ ਨੇ ਮੀਟ ਲੈ ਕੇ ਬਣਾ ਲਿਆ ਜਾਂ ਕਿਸੇ ਨੇ ਖਾ ਲਿਆ ਇਸ ਪਿੰਡ ਦੇ ਵਿੱਚ ਜਿਵੇਂ ਦੱਸਿਆ ਜਾ ਰਿਹਾ ਹੈ ਕਿ ਬਾਬਾ ਹਸਨ ਦਾਸ ਜੀ ਦਾ ਡੇਰਾ ਹੈ ਤੁਸੀਂ ਬਾਬਾ ਹਸਨ ਦਾਸ ਜੀ ਦੇ ਬਾਰੇ ਵਿੱਚ ਕੀ ਕਹੋਗੇ ਜਿਹੜਾ ਇਹ ਡੇਰਾ ਹੈ ਤੇ ਇਹਦੀ ਆਸਥਾ ਬਾਰੇ ਕੀ ਕਹੋਗੇ ਜੀ ਇੱਕ ਸਾਡੇ ਇਹ ਪੁਰਾਣੇ ਬਜ਼ੁਰਗ ਹੋਏ ਆ ਜਿੱਦਾਂ ਸਾਨੂੰ ਸਾਡੇ ਬਜ਼ੁਰਗਾਂ ਨੇ ਦੱਸਿਆ ਉਹਨਾਂ ਦੇ ਰੂਲ ਦੇ ਉੱਤੇ ਚੱਲਦੇ ਉਹਨਾਂ ਨੇ ਇਹ ਪਹਿਲਾਂ ਪਰਵਚਨ ਕੀਤੇ ਹੋਏ ਸੀਗੇ ਵੀ ਕੋਈ ਸ਼ਿਕਾਰ ਨਹੀਂ ਖੇੜਣਾ ਕੋਈ ਨਸ਼ੇ ਨਹੀਂ ਕਰਨੇ ਕੋਈ ਜਾਨਵਰ ਦਾ ਮੀਟ ਨਹੀਂ ਖਾਣਾ ਉਹਦੇ ਹਿਸਾਬ ਨਾਲੇ ਪਰ ਯਾਰੋ ਸਾਡੇ ਆਪਣੇ ਬਜ਼ੁਰਗਾਂ ਤੋਂ ਸਿੱਖ ਕੇ ਚੱਲਦੇ ਰਹੇ ਅਸੀਂ ਉਹਨਾਂ ਤੋਂ ਚੱਲਦੇ ਆ ਹੁਣ ਅਸੀਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਵਿਆਹ ਸਾਡੇ ਪਿੰਡ ਦੀ ਰੀਤ ਆ ਜਿੱਥੇ ਸਰਕਾਰਾਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਰਹੇ ਨਸ਼ੇ ਦੇ ਪ੍ਰਤੀ ਕਿ ਨਸ਼ੇ ਦਾ ਸੇਵਨ ਨਾ ਕੀਤਾ ਜਾਵੇ ਉੱਤੇ ਇਹ ਪਿੰਡ ਦਦਿਆਲ ਜਿਹੜਾ ਹੈ ਕਿ ਬਿਲਖੜ ਪਛਾਣ ਬਣਾਈ ਬੈਠਾ ਹੈ ਕਿ ਜਿਹੜਾ ਨਸ਼ੇ ਤੋਂ ਰਹਿਤ ਹੈ ਇੱਥੇ ਮੀਟ ਮਾਰ ਦਾ ਸੇਵਰ ਨਹੀਂ ਕੀਤਾ ਜਾਂਦਾ ਸਾਡੇ ਨਾਲ ਬਜ਼ੁਰਗ ਨਾਲ ਬੈਠੇ ਉਹਨਾਂ ਨੇ ਗੱਲਬਾਤ ਕਰਦੇ ਨੇ ਅਕਲ ਜੀ ਕੀ ਕਹੋਗੇ ਇਸ ਪਿੰਡ ਦੀ ਆਬਾਦੀ ਕਿੰਨੀ ਹੈ ਤੇ ਕੀ ਕਹੋਗੇ ਇੱਥੇ ਜ਼ਿਆਦਾਤਰ ਨੌਜਵਾਨ ਤਾਂ ਵਿਦੇਸ਼ਾਂ ਵੱਲ ਨੂੰ ਗਏ ਹੈ ਇਸ ਪਿੰਡ ਦੇ ਵਿੱਚ ਕਿੰਨੇ ਕੁ ਲੋਕ ਵਿਦੇਸ਼ਾਂ 'ਚ ਗਏ ਹੈ ਤੇ ਕਿੰਨੀ ਆਬਾਦੀ ਇਹਦੀ ਸਾਡੇ ਪਿੰਡ ਦੀ ਆਬਾਦੀ ਤਕਰੀਬਨ 2500 ਘਰ ਹੋਣਾ ਜੀ ਆ ਇਹ ਤਾਂ ਤਿੰਨ ਗੁਣਾ ਵੱਧ ਸਾਡੇ ਐਨਆਰਆਈ ਵੀਰਵਾ ਜੋ ਵਿਦੇਸ਼ਾਂ ਵਿੱਚ ਪਰਿਵਾਰਾਂ ਸਮੇਤ ਰਹਿੰਦੇ ਆ ਪਰ ਉਹ ਪਿੰਡ ਦੇ ਨਾਲ ਬਾਬਾ ਹਸਨ ਦਾਦੀ ਜਗ੍ਹਾ ਦਾ ਇੰਨੇ ਜੋੜੇ ਹੋਏ ਆ ਕੋ ਸਲਾਨਾ ਮੇਲਾ ਹੁੰਦਾ ਇਹ ਸਾਰੇ ਉਹਨਾਂ ਦੀ ਬਦੌਲਤ ਹੀ ਇਹ ਸਾਰੀਆਂ ਜਿੰਨੀਆਂ ਬਿਲਡਿੰਗਾਂ ਬਣੀਆਂ ਐ ਐਨਆਰ ਇੱਕ ਵੀਰਾਂ ਦੀ ਉਹ ਬਦੌਲਤ ਹੈ ਕਿਉਂ ਪਿੰਡਾਂ ਵਿੱਚ ਤਾਂ ਤੁਹਾਨੂੰ ਪਤਾ ਕਿੰਨੀ ਕਮਾਈ ਹੈ ਉਹਨਾਂ ਨਾਲ ਜੀ ਇੰਨੇ ਖਰਚੇ ਨਹੀਂ ਕਰ ਸਕਦੇ ਤੇ ਇਹ ਸਲਾਨਾ ਜੋੜ ਮੇਲੇ ਤੇ 15 20 ਲੱਖ ਰੁਪਈਆ ਖਰਚ ਹੁੰਦਾ ਇਹ ਸਾਰਾ ਐਨਆਰ ਵੀਰਾਂ ਦੇ ਸਿਰ ਤੇ ਆ ਬਾਕੀ ਬਾਬਾ ਹਸਨ ਦਾਸ ਦੀ ਪਿੰਡ ਤੇ ਇੰਨੀ ਵੇਖ ਰਿਹਾ ਕਿ ਜੋ ਸਿੱਥੋਂ ਸੁਖਣਾ ਸੁੱਖ ਲਵਾਂਗੇ ਉਹ ਸਪੂਰਨ ਹੁੰਦੀ ਆ ਆਪਣੇ ਪਿੰਡ ਵਿੱਚ ਅਸੀਂ ਨਾ ਮੀਟ, ਅੰਡਾ, ਮੱਛੀ ਜਾਂ ਕੋਈ ਪੋਲਟਰੀ ਫਾਰਮ ਨਹੀਂ ਬਣਾ ਬਣਾਉਂਦੇ ਕਿਉਂਕਿ ਸਾਨੂੰ ਪਤਾ ਹੈ ਵੀ ਜੇ ਇਸ ਚੀਜ਼ ਦੀ ਅਸੀਂ ਲੰਘਣਾ ਕਰਾਂਗੇ ਤਾਂ ਸਾਨੂੰ ਬਾਬਾ ਜੀ ਵੱਲੋਂ ਦੰਨ ਲਾਇਆ ਜਾਵੇਗਾ ਜਾਂ ਸਾਨੂੰ ਕੋਈ ਕ੍ਰੂਪੀ ਰੱਬ ਤੋਂ ਹੋਗੀ ਤਾਂ ਇਸ ਕਰਕੇ ਡਰ ਮਾਰੇ ਲੋਕ ਇਹਨਾਂ ਚੀਜ਼ਾਂ ਤੋਂ ਦੂਰ ਰਹਿੰਦੇ ਆ ਨਾ ਮੱਛੀ, ਨਾ ਸ਼ਰਾਬ, ਸ਼ਰਾਬ ਤੋਂ ਵੀ ਪਹਿਲਾਂ ਬਹੁਤ ਵਾਂਝਾ ਸੀ ਲੇਕਿਨ ਹੁਣ ਨਵੇਂ ਸਾਫ ਦੇ ਨਾਲ ਕਿਉਂ ਬਾਹਰ ਕੀ ਮਤੀਸ਼ੀ ਚੱਲ ਜਗਾਇਆ ਉਹ ਚਲੋ ਬਾਹਰ ਜਾ ਕੇ ਕਰ ਲੈਂਦੇ ਲੇਕਿ ਪਿੰਡ ਵਿੱਚ ਥੋੜਾ ਵਰਜਦੇ ਆ ਇਸ ਕਰਕੇ ਡਰਦੇ ਆ ਕਿ ਅਸੀਂ ਨਾ ਸ਼ਰਾਬ ਪੀਏ ਨਾ ਮੱਛੀ ਖਾਈਏ ਨਾ ਆਂਡਾ ਖਾਈਏ ਨਾ ਮੀਟ ਖਾਈਏ ਤਾਂ ਇਸ ਤਰ੍ਹਾਂ ਸਾ ਜਿੰਨਾ ਵੀ ਸਾਡੇ ਰਿਸ਼ਤੇਦਾਰ ਆਂਦੇ ਆ ਉਹ ਵੀ ਇਸ ਚੀਜ਼ ਦੀ ਕਦੇ ਰਿਮਾਰਡ ਨਹੀਂ ਮੰਗਦੇ ਪਏ ਅਸੀਂ ਜ਼ਰੂਰੀਆਂ ਚੀਜ਼ਾਂ ਦਾ ਸੇਵਨ ਕਰਨਾ ਹੈ ਮਤਲਬ ਇਹ ਕਿਹਾ ਜਾ ਸਕਦਾ ਹੈ ਕਿ ਇਸ ਪਿੰਡ ਦੇ ਵਿੱਚ ਜਿਵੇਂ ਚਿੱਟੇ ਵਰਗੇ ਭਿਆਨਕ ਨਸ਼ੇ ਆ ਜੋ ਹੋਰ ਨਸ਼ੇ ਕੀਤੇ ਜਾਂਦੇ ਨੇ ਤੇ ਉਹਨਾਂ ਤੇ ਰਹਿਤ ਹੈ ਕੀ ਕਹੋਗੇ ਤੁਸੀਂ ਇਸ ਬਾਰੇ ਭਾਜੀ ਸਾਡੇ ਪਿੰਡ ਦੇ ਵਿੱਚ ਤੁਹਾਨੂੰ ਜਿੱਦਾਂ ਪਤਾ ਹੀ ਆ ਕਿ ਮਾਸ ਮੱਛੀ ਕੁਝ ਬਣਦਾ ਵੀ ਨਹੀਂ ਨਾ ਸ਼ਿਕਾਰ ਖੇਡ ਸਕਦੇ ਆ ਨਸ਼ੇ ਦੇ ਦੌਰ ਦੇ ਵਿੱਚ ਨਸ਼ਾ ਵੀ ਬਹੁਤ ਜਾਨੀ ਕਿ ਨਾ ਮਾਤਰੀ ਹੀ ਆ ਪਿੰਡ ਦੇ ਵਿੱਚ ਜਿਸ ਤਰ੍ਹਾਂ ਸਾਡੇ ਨੌਜਵਾਨੀਆਂ ਸਾਰੇ ਇੱਥੇ ਡੇਰੀ ਤੇ ਸੇਵਾ ਕਰਦੇ ਜਿਆਦਾ ਜਾਂ ਸ਼ਾਮ ਨੂੰ ਗਰਾਊਂਡ ਦੇ ਵਿੱਚ ਜਿੰਮ ਜਿੰਮ ਹੈਗਾ ਆ ਉੱਥੇ ਮੁੰਡੇ ਆਪਣੇ ਬਾਜ਼ਿਸ਼ ਕਰਦੇ ਆ ਤੇ ਨਸ਼ੇ ਤੋਂ ਤਾਂ ਬਹੁਤ ਜ਼ਿਆਦਾ ਦੂਰ ਆ ਤੇ ਪਿੰਡ ਦੇ ਵਿੱਚ ਇਦਾਂ ਆ ਕੋਈ ਲੜਾਈ ਝਗੜਾ ਨਹੀਂ ਜਦੋਂ ਨਸ਼ੇ ਦਾ ਸੇਵਨ ਕਰਦੇ ਫਿਰ ਲੜਾਈ ਝਗੜਾ ਵੀ ਹੁੰਦਾ ਆ ਜਿੱਦਾਂ ਦਾ ਮਾਹੌਲ ਮਿਲਦਾ ਉਦਾਂ ਦੇ ਵਿੱਚ ਬੰਦਾ ਰਹਿਣ ਲੱਗ ਪੈਂਦਾ ਆ ਸਾਡੇ ਪਿੰਡ ਦੇ ਵਿੱਚ ਮਾਹੌਲ ਤਕਰੀਬਨ ਵੈਜੀਟੇਰੀਅਨ ਹੀ ਆ ਤੇ ਸਾਰੇ ਮੁੰਡੇ ਸੇਵਾ ਕਰਦੇ ਆ ਤੇ ਆਪਣਾ ਇੱਥੇ ਹੀ ਸਾਰਾ ਆਪਣਾ ਦਿਨ ਬਤੀਤ ਕਰਦੇ ਆ ਇੱਕ ਹੋਰ ਦੱਸਿਓ ਜੇਕਰ ਕੋਈ ਸੇਵਨ ਕਰਦਾ ਨਸ਼ੇ ਦਾ ਜੇ ਮੀਟ ਮਾਸ ਦਾ ਤਾਂ ਲੋਕਾਂ ਦੇ ਇਹ ਵੀ ਕਹਿਣਾ ਹੈ ਕਿ ਉਹਨੂੰ ਪਰਭਾਈ ਕਰਨੀ ਪੈਂਦੀ ਹੈ ਕੀ ਕਹੋਗੇ ਇਸ ਬਾਰੇ ਇਹ ਮੀਟ ਮਾਸ ਦਾ ਇਦਾਂ ਆ ਜੀ ਸਾਡੇ ਪਿੰਡ ਦੇ ਵਿੱਚ ਸੰਪੂਰਨ ਹੀ ਬੰਦ ਆ ਉਹਦੀ ਪਰਭਾਈ ਤਾਂ ਜ਼ਰੂਰ ਕਰਨੀ ਪੈਂਦੀ ਆ ਬਾਬਾ ਜੀ ਆਪਣੇ ਵੱਲੋਂ ਜੋ ਡੰਨ ਲਾਉਂਦੇ ਆ ਜੇ ਕੋਈ ਇਦਾਂ ਫੜਿਆ ਵੀ ਜਾਵੇ ਤੇ ਪਿੰਡ ਦੀ ਜਿੱਦਾਂ ਪੰਚਾਇਤ ਦੇ ਵਿੱਚ ਜੋ ਵੀ ਪਿੰਡ ਦੇ ਫੈਸਲਾ ਹੁੰਦਾ ਆ ਉਹ ਮੰਨਣਾ ਪੈਂਦਾ ਉਸ ਬੰਦੇ ਨੂੰ ਜੋ ਵੀ ਲੈਣ ਪਿੰਡ ਦੇ ਪਿੰਡ ਦੀ ਪੰਚਾਇਤ ਬਾਬਾ ਜੋ ਇੱਥੇ ਡੇਰੇ ਦੀ ਕਮੇਟੀ ਆ ਉਹ ਮੰਨਣਾ ਪੈਂਦਾ ਉਸ ਨੂੰ ਤੇ ਉਹ ਨੂੰ ਉਹ ਮੰਨਾਂ ਨਹੀਂ ਕਰ ਸਕਦਾ ਇਸ ਲਈ ਤਕਰੀਬਨ ਜੋ ਪਿੰਡ ਦੇ ਜਿੰਨੇ ਵੀ ਬਸਨੀ ਗਿਆ ਸਾਡੇ ਉਹ ਇਸ ਚੀਜ਼ ਨੂੰ ਮੰਦੇ ਆ ਤੇ ਇਹ ਤੋਂ ਬੰਜ ਤੇ ਹੀ ਰਹਿੰਦੇ ਕਿ ਇਹ ਕੰਮ ਨਾ ਹੀ ਕੀਤਾ ਜਾਵੇ ਪਿੰਡ ਦੇ ਵਿੱਚ ਪਿੰਡ ਦਾ ਕਰਦਾ ਵੀ ਨਹੀਂ ਕੋਈ ਇਹ ਕੰਮ ਜੇ ਕੋਈ ਬਾਹਰੋਂ ਆ ਕੇ ਕੋਈ ਹੋਊਗਾ ਪਰ ਉਹ ਉਹਨੂੰ ਫੇਰ ਮੰਨਣਾ ਪੈਂਦਾ ਜੀ ਜੋ ਜਿਸ ਤਰ੍ਹਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਜਿਹੜਾ ਕਿ ਨਸ਼ੇ ਦਾ ਸੇਵ ਨਹੀਂ ਕੀਤਾ ਜਾਂਦਾ ਤੇ ਹੋਰ ਇਹ ਬਖਰੀ ਪਹਿਚਾਨ ਜਿਹੜੀ ਇਹ ਪਿੰਡ ਦੀ ਜਿਹੜਾ ਸ਼ਾਕਾਹਾਰੀ ਹੈ ਉੱਥੇ ਸਾਡੇ ਨਾਲ ਬਜ਼ੁਰਗ ਨਾਲ ਬੈਠੇ ਹੈ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਅਗਰ ਜੀ ਕੀ ਕਹੋਗੇ ਇੱਕ ਤਾਂ ਪਿੰਡ ਦੀ ਜਿਹੜੀ ਡਿਵੈਲਪਮੈਂਟ ਹੈ ਉਹਦੇ ਬਾਰੇ ਦੱਸੋ ਕਿੰਨੀ ਡਿਵੈਲਪਮੈਂਟ ਹੋ ਚੁੱਕੀ ਹੈ ਤੇ ਜਿਹੜਾ ਡੇਰੇ ਦੇ ਬਾਰੇ ਅਸੀਂ ਗੱਲ ਕਰ ਰਹੇ ਬਾਬਾ ਹਸਨਦਾਸ ਜੀ ਦੇ ਬਾਰੇ ਥੋੜਾ ਉਹਨਾਂ ਹੀ ਬਾਰੇ ਦੱਸਿਓ ਕਿ ਜਿਹੜੀ ਤਪ ਕੀਤਾ ਸੀਗਾ ਬਾਬਾ ਜੀ ਨੇ ਕਿਸ ਤਰ੍ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਦੇ ਵਿੱਚ ਬਾਬਾ ਜੀ ਦੀ ਮਖਰੀ ਪਹਿਚਾਣ ਆ ਸਾਰੇ ਇਲਾਕੇ ਦੇ ਵਿੱਚ ਸਾਡੇ ਬਾਬਾ ਜੀ ਦਾ ਨਾਂ ਆ ਇਹਨਾਂ ਦੇ ਕਰਕੇ ਸਾਰੇ ਇਲਾਕੇ ਨੂੰ ਹੀ ਪਤਾ ਹੈ ਕਿ ਸਾਡੇ ਪਿੰਡ ਦੇ ਵਿੱਚ ਸ਼ਿਕਾਰ ਖੇਡਣਾ ਔਰ ਮੀਟ ਮੱਛੀ ਦਾ ਸੇਵਨ ਕਰਨਾ ਜਾਂ ਮੁਰਗੀ ਫਾਰਮ ਤੋਂ ਖੋਲਣਾ ਜਾਂ ਮੀਟ ਵਾਲੀਆਂ ਹੋਰ ਕੋਈ ਜਾਨਵਰ ਰਖਣੇ ਇਹ ਵਰਜਤਾਂ ਤਾਂ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਸਾਰੇ ਇਲਾਕੇ ਨੂੰ ਹੀ ਪਤਾ ਹੈ ਤੇ ਦੂਜਾ ਨੰਬਰ ਸਾਡੇ ਪਿੰਡ ਦੀ ਜੋ ਡੇਰੀ ਬਲੱਖਣਤਾ ਹੈ ਪਿੰਡ ਦੀ ਬਲੱਖਣਤਾ ਹੈ ਇਹ ਬਾਬਾ ਜੀ ਦੇ ਕਰਕੇ ਹੀ ਹੈ ਜੇ ਬਾਕੀ ਨਸ਼ਿਆਂ ਦੀ ਗੱਲ ਕਰੀਏ ਜੋ ਸਰਕਾਰਾਂ ਹਨ ਸਰਕਾਰਾਂ ਨਹੀਂ ਬੰਦ ਕਰ ਸਕਦੀਆਂ ਇਹ ਮਹਾਪੁਰਸ਼ਾਂ ਦੀ ਕਿਰਪਾ ਹੋਵੇ ਤਾਂ ਹੀ ਬੰਦ ਹੋ ਸਕਦਾ ਸਾਡੇ ਪਿੰਡ ਦੇ ਉੱਤੇ ਮਹਾਪੁਰਸ਼ਾਂ ਦੀ ਅਪਾਰ ਬਖਸ਼ਿਸ਼ ਹੈ ਕਿਰਪਾ ਹੈ ਉਹਦੇ ਹੀ ਸਦਕਾ ਸਾਡੇ ਪਿੰਡ ਦੇ ਵਿੱਚ ਨਸ਼ੇ ਤੋਂ ਵੀ ਮੁੰਡੇ ਵੱਜਨੇ ਹੈਗੇ ਇਹ ਕਲੱਬ ਦੇ ਨਾਲ ਜੁੜਿਓ ਹੈ ਜੀਮ ਦੇ ਨਾਲ ਜੁੜਿਓ ਹੈ ਫਿਰ ਡੇਰੀ ਦੇ ਨਾਲ ਜੁੜਿਓ ਹੈ ਤੇ ਇਸ ਕਰਕੇ ਨਸ਼ਾ ਕੋਈ ਵੀ ਨਹੀਂ ਇਥੇ ਕਰ ਰਿਹਾ ਸੋ ਇਹ ਸਾਡੇ ਪਿੰਡ ਦੀ ਪਛਾਣ ਹੈ ਇੱਕ ਹੋਰ ਦੱਸਿਓ ਇੱਥੇ ਬਾਬਾ ਹਸਨ ਦਾਸ ਜੀ ਦੇ ਸਥਾਨ ਤੇ ਕਿਹੜੇ-ਕਿਹੜੇ ਪ੍ਰੋਗਰਾਮ ਕਦੋਂ ਬਣਾਏ ਜਾਂਦੇ ਨੇ ਸਾਡੇ ਇੱਥੇ ਜੀ ਪੁੰਨਿਆਂ 12 ਲੱਗਦੀਆਂ ਤੇ ਹੋਲਾ ਮੱਲਾ ਅਤੇ ਵਿਸਾਖੀ ਅਤੇ ਸਲਾਨਾ ਜੋੜ ਮੇਲਾ ਜੋ ਫਰਵਰੀ ਮਹੀਨੇ ਵਿੱਚ ਵਿੱਚ ਜੇਠ ਮਹੀਨੇ ਦਾ ਜੇਠਾ ਐਤਵਾਰ ਹੌਸਲ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਜਿੱਥੇ ਇੱਥੇ 25 ਤੋਂ 30 ਹਜ਼ਾਰ ਦੇ ਵਿਚਕਾਰ ਸੰਗਤ ਹੁੰਦੀ ਹੈ ਸੋ ਸੰਗਤ ਨੂੰ ਸਾਰੇ ਹੀ ਪਿੰਡ ਦੇ ਜੋ ਜਿਹੜੋਂ ਜਨ ਮੁੰਡੇ ਹਨ ਇਹ ਜ ਸੰਤ ਤੁਹਾਨੂੰ ਸਕਦੇ ਹਾਂ ਸਾਹਮਦੇ ਹਨ ਅਤੇ ਪ੍ਰਬੰਧ ਕਰਦੇ ਹਨ ਇੱਕ ਦੱਸਿਓ ਜਿਹੜਾ ਬਾਬਾ ਜੀ ਨੇ ਇੱਥੇ ਤਪ ਕੀਤਾ ਕੋਈ ਹੈਗਾ ਅੰਦਾਜ਼ਾ ਕਿਤਨਾ ਤਪ ਕੀਤਾ ਬਾਬਾ ਜੀ ਨੇ ਇੱਥੇ 350 ਸਾਲ ਪਹਿਲਾਂ ਸਮਾਂ ਕੋ ਸਮਾਂ ਕੀਤਾ ਇੱਥੇ ਤਾਂ ਕਾਫੀ ਸਾਲ ਕਹਿ ਸਕਦੇ ਹਾਂ ਬਜ਼ੁਰਗ ਦੱਸਦੇ ਹੋਣੇ ਹਾਂਜੀ ਕਾਫੀ ਸਮਾਂ ਇੱਥੇ ਤਪ ਕੀਤਾ ਤਾਂ ਬਾਕੀ ਉਹ ਬਾਬਾ ਜੀ ਮੱਝਾਂ ਜਾਨੀ ਪਸ਼ੂ ਰੱਖਦੇ ਸੇ ਉਹਨਾਂ ਨੇ ਚਾਰਨੇ ਆਪਣੇ ਨਗਰ ਦੇ ਵਿੱਚ ਤਾਂ ਜਿੱਥੇ ਤਾਂ ਵੀ ਘੁੰਮਦੇ ਉਹ ਨਹੀਂ ਭਗਤੀ ਦੇ ਬਹਿਣਾ ਬਾਹਰ ਘੁੰਮਦੇ ਰਹਿਣਾ ਚਾਰਕੇਤ ਆਪਣੇ ਟਿਕਣੇ ਤੇ ਆ ਜਾਂਦੇ ਜਿਹੜਾ ਇਹ ਸਥਾਨ ਹੈਗਾ ਇਸ ਸਥਾਨ ਦੇ ਵਿੱਚ ਪਹਿਲੇ ਕੀ ਸੀ ਜੰਗਲ ਸੀ ਇਹ ਕਿਸ ਤਰ੍ਹਾਂ ਜੰਗਲੇ ਸੀ ਅੱਛਾ ਜੀ ਸਾਰਾ ਜੰਗਲ ਸੀ ਹੌਲੀ 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 ਡਿਵੈਲਪਮੈਂਟ ਡਿਵੈਲਪਮੈਂਟ ਹੋਈ ਆ ਸਾਡੇ ਪਿੰਡ ਦੀ ਡਿਵੈਲਪਮੈਂਟ ਵੀ ਐਨ ਆਰ ਆਈ ਵੀਰਾਂ ਨੇ ਯਾਨੀ ਉਹਨਾਂ ਦੇ ਸਹਾਈ ਸਾਰੀ ਡਿਵੈਲਪਮੈਂਟ ਹੋਈ ਆ ਜੇ ਕਿ ਸਰਕਾਰਾਂ ਸਰਕਾਰਾਂ ਤਾਂ ਅੱਜ ਕੱਲ ਕੁਝ ਨਹੀਂ ਦਿੰਦੀਆਂ ਬਾਕੀ ਡਿਵੈਲਪਮੈਂਟ ਜਿਹੜਾ ਐਨ ਆਰ ਆਈ ਵੀਰਾਂ ਉਹਨਾਂ ਦੇ ਸਹਿਯੋਗ ਦੇ ਨਾਲੇ ਪਿੰਡ ਦੀ ਡਿਵੈਲਪਮੈਂਟ ਹੁੰਦੀ ਆ ਸੋ ਅਸੀਂ ਪਿੰਡ ਦਦੀਆਲ ਦੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਦੱਸਿਆ ਕਿ ਬਾਬਾ हसन ਦਾਸ ਜੀ ਦੀ ਕਿਰਪਾ ਸਦਕਾ ਇਹ ਪਿੰਡ ਇੱਕ ਤਾਂ ਸ਼ਾਕਾਹਾਰੀ ਹੈ ਮੀਟ ਮਾਰ ਦਾ ਸੇਵਰ ਨਹੀਂ ਕੀਤਾ ਜਾਂਦਾ ਨਾ ਹੀ ਸ਼ਿਕਾਰ ਕੀਤਾ ਜਾਂਦਾ ਉੱਥੇ ਹੀ ਇਸ ਪਿੰਡ ਦੇ ਵਿੱਚ ਜਿਹੜਾ ਕਿ ਨਸ਼ਾ ਰਹਿਤ ਹੈ ਜਿੱਤੇ ਸਰਕਾਰਾਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਕਈ ਤਰ੍ਹਾਂ ਦੇ ਕੈਂਪ ਲਗਾ ਕੇ ਦਾ ਕਈ ਤਰ੍ਹਾਂ ਦੀਆਂ ਰੈਡੀਆਂ ਕਰਕੇ ਜਿਹੜਾ ਨਸ਼ੇ ਤੋਂ ਰਹਿਤ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਉੱਥੇ ਹੀ ਇਸ ਪਿੰਡ ਜਿਹੜਾ ਕਿ ਪਿੰਡ ਦਦਿਆਲ ਤਹਿਸੀਲ ਗੜਸ਼ੰਕਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਸਥਿਤ ਹੈ ਇਸ ਪਿੰਡ ਦੀ ਜਿਹੜੀ ਬਲੱਖਣ ਪਹਿਚਾਣ ਇਹ ਹੀ ਹੈ ਕਿ ਇਹ ਪਿੰਡ ਇੱਕ ਤਾਂ ਸ਼ਾਕਾਹਾਰੀ ਹੈ ਦੂਜਾ ਇੱਥੇ ਕਿਸੇ ਤਰ੍ਹਾਂ ਦਾ ਸੇਵਨ ਨਹੀਂ ਕੀਤਾ ਜਾਂਦਾ ਨਸ਼ੇ ਦਾ ਗੜਸ਼ੰਕਾ ਤੋਂ ਸੰਜੀਵ ਕੁਮਾਰ న్యూਸ 18 ਪੰਜਾਬ